जी रितेश जी, जिहड़ा तुसीं हर संडे नूं कैंप लांदे हो, अज किन्नवां कैंप लगा तुहाडे कोल? अज असीं इत्थे महाकाली मंदर विखे मैडिकल कैंप दा असीं इत्थे लगाया कैंप। ये तकरीबन 1226 हफ्ते लगातार असीं अज कैंप लगा रहे हैं। ये हो गए 1226 हफ्ते हो गए सानू, यानी कि असीं इत्थे तकरीबन अपना जिन्ना भी इलाका वा ये असीं कवर कर चुके हैं। ਜ਼ਰੂਰਤਮੰਦ ਪਰਿਵਾਰਾਂ ਨੂੰ ਅਸੀਂ ਇੱਥੇ ਉਹਨਾਂ ਦਾ ਮੈਡੀਕਲੀ ਜੋ ਅੱਖਾਂ ਦਾ ਕੈਂਪ ਸਾਡਾ ਇੱਥੇ ਲੱਗਦਾ ਵਾ, ਉਹ ਐਨਕਾਂ ਉਹਨਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਉਹ ਅਸੀਂ ਮੁਹੱਈਆ ਕਰਾਈਆਂ। ਅੱਜ ਤਕਰੀਬਨ ਇੱਥੇ ਠੰਡ ਦੇ ਮੌਸਮ ਦੇ ਹੁੰਦੇ ਹੋਏ ਵੀ ਤਕਰੀਬਨ 150 ਅਸੀਂ ਮਰੀਜ਼ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਐਨਕਾਂ ਦਿੱਤੀਆਂ। ਲੋਕ ਇੱਥੇ ਆਉਂਦੇ ਨੇ, ਆਪਣਾ ਇਲਾਜ ਕਰਵਾਉਂਦੇ ਨੇ, ਅਤੇ ਜੋ ਸਾਡਾ ਮਕਸਦ ਹੈ ਸੇਵਾ ਕਰਨ ਦਾ ਉਹ ਪੂਰਾ ਹੁੰਦਾ। ਅਤੇ ਮੈਂ ਇਹ ਅਪੀਲ ਕਰੂੰਗਾ ਆਪਣੇ ਲਾਗੇ ਬਾਕੀ ਦੇ ਲੋਕਾਂ ਨੂੰ ਕਿ ਜਿਹੜਾ ਕੋਈ ਮੈਡੀਕਲ ਸੁਵਿਧਾ ਲੈਣਾ ਚਾਹੁੰਦਾ ਵਾ ਉਹ ਸਾਡੇ ਨਾਲ ਇੱਕ ਵਾਰੀ ਸੰਪਰਕ। ਰਿਤੇਸ਼ ਜੀ, ਇਹ ਪ੍ਰੇਰਨਾ ਤੁਹਾਨੂੰ ਜਿਹੜੀ ਕੈਂਪ ਆਉਂਦੀ ਕਦੋਂ ਆਈ, ਕਿਸ ਤੋਂ ਲਿਖੀ? ਇਹ ਮਹਾਕਾਲੀ ਮੰਦਰ ਤਕਰੀਬਨ 1995 ਨੂੰ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ, ਅਤੇ ਉਸ ਉਦੋਂ ਹੀ ਮੰਦਰ ਦੇ ਸੰਸਥਾਪਕ ਪੰਡਿਤ ਰਮੇਸ਼ ਚੰਦਰ ਸ਼ਰਮਾ ਜੀ ਨੇ ਇਹ ਕੈਂਪ ਦਾ ਉਪਰਾਲਾ ਕੀਤਾ ਸੀਗਾ। ਇਹ ਉਦੋਂ ਦੇ ਹੀ ਕੈਂਪ ਲੱਗ ਰਹੇ ਨੇ, ਉਹਨਾਂ ਦੇ ਜਾਣ ਤੋਂ ਬਾਅਦ ਇਹ ਸੇਵਾ ਦਾ ਕੰਮ ਅਸੀਂ ਯਾਨੀ ਕਿ ਸਾਡੇ ਪਰਿਵਾਰ ਨੇ ਨਿਰੰਤਰ ਜਾਰੀ ਰੱਖਿਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਇਸੇ ਤਰ੍ਹਾਂ ਹੀ ਜਾਰੀ ਰੱਖੇ। ਹੋਰ ਕੀ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ? ਸਾਡੇ ਵੱਲੋਂ ਜੀ ਇਹ ਕੈਂਪ ਲਾਉਣ ਦਾ ਮਕਸਦ ਇਹ ਹੁੰਦਾ ਵਾ ਵੀ ਜੇ ਕੋਈ ਨੌਜਵਾਨ ਸਾਡਾ ਸਾਥੀ ਜਾਂ ਕੋਈ ਸਮਾਜ ਦੀ ਸੇਵਾ ਕਰਨ ਦਾ ਚਾਹਵਾਨ ਜਿਹੜਾ ਹੁੰਦਾ ਵਾ ਉਹਨੂੰ ਇਹ ਪ੍ਰੇਰਣਾ ਮਿਲਦੀ ਆ ਵੀ ਇਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਆ। ਜੇ ਸਾਡੇ ਵੱਲ ਵੇਖਣ ਨਾਲ ਸਾਨੂੰ ਵੇਖਣ ਨਾਲ ਜਾਂ ਸਾਡੇ ਤੋਂ ਪ੍ਰੇਰਿਤ ਹੋ ਕੇ ਕੋਈ ਇੱਕ ਬੰਦਾ ਵੀ ਇਸ ਸੇਵਾ ਭਾਵ ਦੇ ਵਿੱਚ ਆਉਂਦਾ ਵਾ, ਲੋਕਾਂ ਦੀ ਸੇਵਾ ਕਰਦਾ ਵਾ, ਤਾਂ ਸਾਡਾ ਮਕਸਦ ਪੂਰਾ ਹੁੰਦਾ ਵਾ, ਅਸੀਂ ਪ੍ਰਭੂ ਚਰਨਾਂ 'ਚ ਆਪਣੀ ਹਾਜ਼ਰੀ ਖੋਲ੍ਹਦੇ।